ਪੰਜਾਬ ਦੇ ਵਿੱਚ ਗਰਮੀ ਨੇ 8 ਸਾਲਾਂ ਦੇ ਅਗਲੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਕੈਰਾਂ ਦੀ ਗਰਮੀ ਦੇ ਕਾਰਨ ਲੋਕ ਹਾਲੋਂ ਬੇਹਾਲ ਹੋਏ ਪਏ ਨੇ ਜਿਹੜੇ ਤਾਂ ਅੰਦਰੇ ਅੰਦਰ ਰਹਿੰਦੇ ਨੇ ਏਸੀ ਦੇ ਅੰਦਰ ਰਹਿੰਦੇ ਨੇ ਠੰਡ ਕਮਾਣਦੇ ਨੇ ਉਹ ਥੋੜੇ ਲੋਕ ਠੀਕ ਨੇ ਰਾਹਤ ਮਹਿਸੂਸ ਕਰਦੇ ਨੇ ਇਸ ਗਰਮੀ ਤੋਂ ਪਰ ਜਿਹੜੇ ਲੋਕ ਹੱਥੀਂ ਕਿਰਤ ਕਰਨ ਵਾਲੇ ਲੋਕ ਨੇ ਜਿਨ੍ਹਾਂ ਦਾ ਰੋਜ਼ਾਨਾ ਕੰਮ ਕਰੇ ਬਿਨਾਂ ਨਹੀਂ ਸਰਦਾ ਤੇ ਖੁੱਲੇ ਦੇ ਵਿੱਚ ਬਾਹਰ ਕੰਮ ਕਰਦੇ ਨੇ ਉਹਨਾਂ ਦਾ ਹਾਲ ਪੁੱਛ ਕੇ ਦੇਖਿਓ ਕੀ ਹੋ ਰਿਹਾ ਹੋਣਾ ਕਿਉਂਕਿ ਗਰਮੀ ਜਹਰ ਦੀ ਹੈ 46 47 ਡਿਗਰੀ ਸੈਲਸੀਅਸ ਤੱਕ ਤਾਪਮਾਨ ਹੈ ਜਿਹੜਾ ਉਹ ਪਹੁੰਚ ਗਿਆ ਅੰਮ੍ਰਿਤਸਰ ਜਲੰਧਰ ਤੇ ਲੁਧਿਆਣਾ ਦੇ ਵਿੱਚ ਗਰਮੀ ਦਾ ਪੂਰਾ ਪਰਕੋਪ ਰਿਹਾ ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ ਤਾਪਮਾਨ ਕਰਮਵਾਰ 46.1 ਅਤੇ 46.2 ਡਿਗਰੀ ਸੈਲਸੀਅਸ ਰਿਹਾ ਲੁਧਿਆਣਾ ਦੇ ਵਿੱਚ 45.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜਿਹੜਾ ਕਿ ਆਮ ਨਾਲੋਂ 8 ਡਿਗਰੀ ਵੱਧ ਹੈ ਮੌਸਮ ਵਿਭਾਗ ਮੁਤਾਬਕ ਸੋਮਵਾਰ ਸ਼ਾਮ ਨੂੰ ਤੇ ਮੰਗਲਵਾਰ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਪਰ ਇਹ ਰਾਹਤ ਅਸਥਾਈ ਹੀ ਹੋਵੇਗੀ ਇਸ ਤੋਂ ਬਾਅਦ ਗਰਮੀ ਮੋੜ ਵੱਧ ਜਾਊਗੀ ਆਉਂਦੇ ਹਫ਼ਤੇ ਲੂ ਚੱਲਣ ਦੀ ਚੇਤਾਵਨੀ ਵੀ ਹੈ 31 ਮਈ ਤੱਕ ਗਰਮੀ ਹਲੇ ਵੱਧਦੀ ਹੀ ਜਾਊਗੀ ਦਿੱਲੀ ਦੀ ਗੱਲ ਕਰ ਲਈਏ ਤਾਂ ਕਈ ਇਲਾਕਿਆਂ ਦੇ ਵਿੱਚ ਦਿੱਲੀ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਸੀ ਪਰ ਮੀਂਹ ਨਹੀਂ ਪਿਆ ਇੱਥੇ ਕਈ ਥਾਵਾਂ ਤੇ ਪਾਰਾ 49 ਡਿਗਰੀ ਤੇ ਵੀ ਪਹੁੰਚ ਗਿਆ ਹੈ ਦਿੱਲੀ ਸਮੇਤ ਯੂਪੀ ਦੇ ਵੀ ਕਈ ਥਾਵਾਂ ਤੇ ਇੰਨਾ ਪਾਰਾ ਪਹੁੰਚ ਗਿਆ ਹੈ ਪੰਜਾਬ ਤੇ ਹਰਿਆਣਾ ਦੇ ਵਿੱਚ ਹਨੇਰੀ ਤੇ ਜਿਹੜੀ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਦਿੱਤੀ ਗਈ ਸੀ ਸ਼ਾਮ ਨੂੰ ਵੀ ਜਿਹੜੀ ਇਹ ਜਹੀ ਸੰਭਾਵਨਾ ਸ਼ਾਮ ਵਾਸਤੇ ਦਿੱਤੀ ਗਈ ਹੈ ਮੌਸਮ ਵਿਭਾਗ ਨੇ ਕੇਰਲਾ ਤੇ ਪੰਜ ਹੋਰ ਜ਼ਿਲ੍ਹਿਆਂ ਦੇ ਲਈ ਮੀਂਹ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ ਦਿੱਲੀ ਦੇ ਸ਼ਫਦਰ ਜੰਗ ਦੇ ਵਿੱਚ ਤਾਪਮਾਨ 45.6 ਡਿਗਰੀ ਸੈਲਸੀਅਸ ਮੁੰਗੇਸ਼ਪੁਰ ਤੇ ਨਜ਼ਫਗੜ੍ਹ ਦੇ ਵਿੱਚ 49.2 ਤੇ 49.1 ਡਿਗਰੀ ਸੈਲਸੀਅਸ ਰਿਹਾ ਯਾਨੀ 50 ਦੇ ਨੇੜੇ ਪਹੁੰਚਣ ਵਾਲਾ ਹਿਮਾਚਲ ਦੀ ਗੱਲ ਕਰ ਲਈਏ ਤਾਂ ਇੱਥੇ ਮੀਂਹ ਪੈ ਗਿਆ ਗਰਮੀ ਤੋਂ ਰਾਹਤ ਮਿਲ ਗਈ ਹੈ Shimla ਦੇ ਵਿੱਚ ਪਰਵਾਮੀ ਪਿਆ ਸੋਮਵਾਰ ਨੂੰ ਸਲਾਨੀਆਂ ਨੇ ਮਾਲ ਰੋਡ ਤੇ ਠੰਡੇ ਮੌਸਮ ਦਾ ਖੂਬ ਆਨੰਦ ਮਾਣਿਆ ਉੱਧਰ ਮੌਨਸੂਨ ਬੰਗਾਲ ਦੀ ਖਾੜੀ ਤੱਕ ਪਹੁੰਚ ਗਿਆ ਜਿਸ ਦਾ ਅਸਰ ਨੇੜਲੇ ਇਲਾਕਿਆਂ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਹੈ ਅੰਡੇਮਾਨ ਨਿਕੋਬਾਰ ਦੇ ਵਿੱਚ ਵੀ ਮੀਂਹ ਪੈਂਦੀਆਂ ਖਬਰਾਂ ਮਿਲੀਆਂ ਨੇ ਭਾਰਤੀ ਮੌਸਮ ਵਿਭਾਗ ਨੇ ਇਸੇ ਹਫ਼ਤੇ ਮਿਹਗਾਲਿਆ ਉੱਤਰਾਖੰਡ ਤੇ ਅਸਾਮ ਦੇ ਵਿੱਚ ਵੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ